ਤਰੀਕ ਤੇ ਤਰੀਕ ਤਰੀਕ ਤੇ ਤਰੀਕ ਸਰਕਾਰ ਜਦੋਂ ਤੱਕ ਭੱਜਦੀ ਉਹ ਤਰੀਕ ਉਹਦੇ ਡਾਇਲੌਗ ਤੁਸੀਂ ਕਿਉਂ ਬੋਲ ਰਹੇ ਹੋ ਕਿਸਾਨ ਆਖਦਾ ਕਿਉਂ ਬੋਲਣੇ ਪੈ ਰਹੇ ਸੀ ਨਹੀਂ ਅਸੀਂ ਅਸੀਂ ਬੈਠੇ ਆ ਆਪਣੇ ਮੋਰਚੇ ਤੇ ਡਟੇ ਫਸੀ ਹੋਈ ਸਰਕਾਰ ਹੈ ਜਿੰਨੀ ਦੇਰ ਉਹ ਗਲਤ ਹੈ ਗਲਤ ਫਹਿਮੀ ਚ ਨੇ ਉਹ ਉਹਨਾਂ ਨੂੰ ਅਸੀਂ ਸਾਫ਼ ਕਹਿਦਾ ਵੀ ਜਿੰਨੀ ਦੇਰ ਤੁਸੀਂ ਨਹੀਂ ਫੈਸਲਾ ਕੋਈ ਕਰਦੇ ਸੀ ਬੈਠੇ ਆ ਭਾਵੇਂ 6 ਮਹੀਨੇ ਬਟਾਈ ਰੱਖੋ ਅੱਜ ਐਮਐਸਪੀ ਨੂੰ ਲੈ ਕੇ ਕੀ ਉਹਨਾਂ ਨੇ ਗੱਲਬਾਤ ਰੱਖੀ ਕੀ ਪ੍ਰਸਤਾਵ ਰੱਖਿਆ नहीं वो फिर अगली तरीक ते 19 तेर हो गया भी एमएसपी ते भी ते तीन बेलां ते असीं अज उन्होंने साफ कहता भी ਐਵੇਂ ਨਾ ਇੱਥੇ ਬਿਠਾ ਕੇ ਮੀਟਿੰਗ ਤੋੜ ਦਿਆ ਕਰੋ ਤੇ ਕੋਈ ਫੈਸਲਾ ਕਰਨਾ ਤਾਂ ਸਾਨੂੰ ਮੀਟਿੰਗ ਦਿਓ ਨਹੀਂ ਅਗਲੀ ਵਾਰ ਵੀ ਗੱਲ ਹੋਈ ਸੀ ਸਫਲ ਰਹਿੰਦੀ ਹੈ ਫਿਰ ਉਸ ਤੋਂ ਮੀਟਿੰਗ ਨਹੀਂ ਅੱਜ ਤਾਂ ਬੜਾ ਸੀ ਅਗਲੀ ਮੀਟਿੰਗ ਵੀ ਆ ਸਫਲ ਰਹਿੰਦੀ ਉਸ ਤੋਂ ਅਗਲੀ ਮੀਟਿੰਗ ਕੀਤੀ ਜਾਵੇਗੀ ਇਹ ਡਾਇਲੌਗ ਤੋਂ ਅਸੀਂ ਭੱਜਦੇ ਨਹੀਂ ਫਿਰ ਤੁਸੀਂ ਇਹ ਕਹੋ ਨਾ ਵੀ ਰਾਜਵਾਲ ਸਾਹਿਬ ਬੇਸਿਕ ਤਾਂ ਇਸ ਮੇਰੇ 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 ਮੂੰਹ ਚ ਨਾ ਪਾਓ ਨਹੀਂ ਰਾਜਵਾਲ ਸਾਹਿਬ ਕੁਝ ਨਹੀਂ ਗੱਲ ਤੋਂ ਇਹ ਤੈਅ ਹੁੰਦਾ ਹੈ ਕਿ ਕੁਝ ਨਹੀਂ ਮੀਟਿੰਗ ਦੀ ਉਮੀਦਾਂ ਹੈਗੀਆਂ ਸਨ ਇਸ ਬਾਰੇ ਦੇਖੋ ਆਫਟਰ ਆਲ ਡੈਮੋਕ੍ਰੇਸੀ ਦੇ ਵਿੱਚ ਗੱਲਬਾਤ ਚ ਕੁਝ ਨਿਕਲਦਾ ਹੁੰਦਾ ਗੱਲਬਾਤ ਤੋਂ ਅਸੀਂ ਆਪਣੇ ਤੇ ਲੇਬਰ ਨਹੀਂ ਲਾਉਣਾ ਚਾਹੁੰਦੇ ਵੀ ਸਾਡੀ ਵਜ੍ਹਾ ਕਰਕੇ ਟੁੱਟੀ ਹੈ ਇਹ ਸਰਕਾਰ ਦੀ ਵਜ੍ਹਾ ਕਰਕੇ ਟੁੱਟਦੀ ਹੈ ਸਰਕਾਰ ਜਦੋਂ ਤੱਕ ਨਹੀਂ ਅਸੀਂ ਤਾਂ ਬੈਠੇ ਹਾਂ ਮੋਰਚੇ ਸੰਭਾਲੀ ਅਸੀਂ ਇੱਥੋਂ ਨਹੀਂ ਜਾਂਦੇ ਕਿ ਸਰਕਾਰ ਤੇ ਪ੍ਰੈਸ਼ਰ ਹੈਗਾ 26 ਜਨਵਰੀ ਦਾ ਦੇਖੋ ਪਰਚੇ ਜਿਹੜੇ ਦਰਜ ਹੋਏ ਨੇ ਉਹਦਾ ਵੀ ਅਸੀਂ ਕਿਹਾ ਵੀ ਸਰਕਾਰ ਇੰਨੀ ਕਿਉਂ ਡਰੀ ਹੋਈ ਹੈ ਵੀ ਤੁਸੀਂ ਐਨਆਈਏ ਵੀ ਵਿੱਚ ਵਾੜ ਲਈ ਤੇ 5 ਤਾਂ ਪਰਚੇ ਹੋਏ ਨੇ ਜਿਹੜੇ ਕੋਈ ਟਰਾਂਸਪੋਰਟ ਵਾਲੇ ਨੇ ਉਹਨਾਂ ਤੇ ਜਿਹੜੇ ਕੋਈ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਕੋਈ ਮਦਦ ਕਰਦਾ ਉਹਨਾਂ ਤੇ ਵੀ ਉਹ ਅਸੀਂ ਕਿਹਾ ਵੀ ਇਹ ਤਾਂ ਕੋਈ ਤਰੀਕਾ ਨਹੀਂ ਰਾਜਵਾਲ ਸਾਹਿਬ ਤੁਹਾਡੇ ਬਿਆਨ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਤੁਸੀਂ ਕਹੇ ਕਿ ਦਿੱਲੀ ਦੇ ਬਾਰਡਰ ਤੇ ਕਿਸਾਨ ਮਾਰਚ ਹੋਵੇਗਾ ਅੰਦਰ ਨਹੀਂ ਨਹੀਂ ਉਹ ਐਵੇਂ ਬੜਾ ਕਲੀਅਰ ਸੀ ਬੜਾ ਕਲੀਅਰ ਹੈ ਉਹਦਾ ਸਿਰਫ ਇਹ ਸੀ ਵੀ ਅਸੀਂ 17 ਤਾਰੀਖ ਦੀ ਮੀਟਿੰਗ ਵਿੱਚ ਸਾਰੀਆਂ ਮੋਡੈਲਿਟੀਆਂ ਤੈਅ ਕਰਨੀਆਂ ਉਹਦੇ ਬਾਅਦ ਅਸੀਂ ਡਿਕਲੇਅਰ ਕਰਨਾ ਕਿਵੇਂ ਕਿਵੇਂ ਕਿੱਥੇ ਕਿਹੜੇ ਰੂਟ ਤੇ ਜਾਣਾ ਹੈ ਰੂਟ ਹਾਲੇ ਤੈਅ ਨਹੀਂ ਹੋਇਆ ਮੈਂ ਸਿਰਫ ਲੋਕਾਂ ਨੂੰ ਪੀਸਫੁਲ ਰਹਿਣ ਵਾਸਤੇ ਜਿਹੜਾ ਸੀ ਉਸ ਦਿਨ ਸੱਦਾ ਦਿੱਤਾ ਸੀ ਲੱਗਦਾ ਤੁਹਾਡੀ ਚਿੱਠੀ ਦਾ ਅਸਰ ਹੋਵੇਗਾ ਹੋਇਆ ਲਾਜ਼ਮੀ ਬਹੁਤ ਬਹੁਤ ਅਸਰ ਹੋਵੇਗਾ ਕੋਈ ਜਿਹਨੂੰ ਨਹੀਂ ਚੰਗਾ ਲੱਗਿਆ ਨਾ ਲੱਗੇ ਪਰ ਅਸੀਂ ਆਪਣੇ ਇਸ ਅੰਦੋਲਨ ਨੂੰ ਅਸੀਂ ਮੋਦੀ ਨੂੰ ਨਹੀਂ ਚਿਤਾਉਣਾ ਚਾਹੁੰਦੇ ਅਸੀਂ ਕਿਸਾਨਾਂ ਦੀ ਜਿੱਤ ਚਾਹੁੰਦੇ ਆ ਜੇ ਤੁਸੀਂ ਵਾਇਲੈਂਟ ਹੋਵੋਗੇ ਤਾਂ ਮਤਲਬ ਮੋਦੀ ਜਿੱਤ ਜਾਏਗਾ ਤੇ ਜੇ ਅਸੀਂ ਪੀਸਫੁਲ ਰਹਾਂਗੇ ਤਾਂ ਕਿਸਾਨ ਜਿੱਤ ਜਾਣਗੇ ਸ਼ਾਂਤਮਈ ਢੰਗ ਨਾਲ ਜਿਹੜੇ ਸ਼ਾਂਤਮਈ ਢੰਗ ਨਾਲ ਹੋਏਗਾ ਸਾਰਾ ਕੁਝ ਸੋਸ਼ਲ ਮੀਡੀਆ ਤੇ ਰਾਜਲ ਸਾਹਿਬ ਇੱਕ ਗੱਲ ਹੋਰ ਕਲੀਅਰ ਕਰਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਕਿ ਬੈਰੀਕੇਡ ਤੋੜ ਕੇ ਜਾਵਾਂਗੇ ਪਰ ਤੁਹਾਡੀ ਚਿੱਠੀ ਤੁਸੀਂ ਕਹਿੰਦੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰਨਾ ਕੋਈ ਆਫੀਸ਼ੀਅਲੀ ਇਦਾਂ ਦਾ ਕੋਈ ਫੈਸਲਾ ਨਹੀਂ ਐਵੇਂ ਜਿਹੜੇ ਗੈਰ ਜ਼ਿੰਮੇਵਾਰ ਲੋਕ ਨੇ ਸੋਸ਼ਲ ਮੀਡੀਆ ਤੇ ਕੁਝ ਪਾਈ ਜਾਣ ਉਹਨਾਂ ਦੇ ਕਹਿਣ ਨਾਲ ਨਹੀਂ ਚੱਲਣਾ ਕੰਮ ਜਿਨ੍ਹਾਂ ਨੇ ਇਸ ਅੰਦੋਲਨ ਲਈ ਜਾਨ ਮਾਰੀ ਹੈ ਜਿਹੜੇ 7-7-8-8 ਮਹੀਨੇ ਤੋਂ ਲੜਦੇ ਆ ਰਹੇ ਨੇ ਜਿਨ੍ਹਾਂ ਨੇ ਅੰਦੋਲਨ ਖੜਾ ਕੀਤਾ ਹੈ ਉਹਨਾਂ ਦੇ ਫੈਸਲੇ ਨਾਲ ਚੱਲਣਾ ਐਨਆਈਏ ਛਾਪੇਮਾਰੀ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਉੱਤੇ ਅੱਜ ਉਹ ਮੁੱਦਾ ਉਠਾਇਆ ਜੀ ਅੱਜ ਉਠਾਇਆ ਮੁੱਦਾ ਵੀ ਇੰਨੀ ਕਿਉਂ ਕਮਜ਼ੋਰ ਹੋ ਗਈ ਸਰਕਾਰ ਰਾਜਵਾਲ ਸਾਹਿਬ ਮੀਡੀਆ ਦੇ ਜ਼ਰੀਏ ਇੱਕ ਵਾਰੀ ਫੇਰ ਖੁੱਲੀ ਚਿੱਠੀ ਜਿਹੜੀ ਅਪੀਲ ਹੈ ਪਲੀਜ਼ ਕਰ ਦਿਓ ਕਿਉਂਕਿ ਦੇਖੋ ਜੀ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਹੈ ਮੈਂ ਅਪੀਲ ਕੀਤੀ ਸੀ ਇਹਨੂੰ ਸ਼ਾਂਤਮਈ ਰੱਖਣਾ ਸਾਡੀ ਮੁੱਢਲੀ ਡਿਊਟੀ ਹੈ ਦੁਨੀਆ ਦਾ ਪਹਿਲਾ ਅੰਦੋਲਨ ਹੈ ਜਿਹੜਾ ਐਡਾ ਲੰਬਾ ਸਮਾਂ ਚੱਲਿਆ ਜਿਹਦੇ ਵਿੱਚ ਐਡੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਪਾਰਟਿਸਪੇਸ਼ਨ ਹੋਈ ਔਰ ਟੋਟਲੀ ਪੀਸਫੁਲ ਰਿਹਾ ਅਸੀਂ ਇਸ ਅੰਦੋਲਨ ਦੀ ਖਾਸੀਅਤ ਹੈ ਪੀਸਫੁਲ ਰਹਿਣਾ ਅਸੀਂ ਸਮਝਦੇ ਹਾਂ ਵੀ ਪੀਸਫੁਲ ਰਹਾਂਗੇ ਤਾਂ ਜਿੱਤ ਕਿਸਾਨਾਂ ਦੀ ਹੋਏਗੀ ਤੇ ਜੇ 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 ਅਸੀਂ ਵਾਇਲੈਂਸ ਇਹਦੇ ਵਿੱਚ ਲੈ ਆਂਦਾ ਤਾਂ ਜਿੱਤ ਮੋਦੀ ਦੀ ਹੋਏਗੀ ਅੰਦੋਲਨ ਜਿਹੜਾ ਉਹ ਬਿਖਰ ਜਾਏਗਾ ਸੁਪਰੀਮ ਕੋਰਟ ਤੇ ਜਿਹੜੀਆਂ ਤਸਵੀਰਾਂ ਪੇਸ਼ ਕੀਤੀਆਂ ਸਾਨੂੰ ਤਸਵੀਰਾਂ ਕਿਤੇ ਅੰਦਰ ਮੀਟਿੰਗ 'ਚ ਸਾਹਮਣੇ ਆਈਆਂ ਜਿਹਦੇ 'ਚ ਰਾਹੁਲ ਗਾਂਧੀ ਹੋਣਾ ਦੇ ਟਰੈਕਟਰ ਤੇ ਬੈਠੇ ਨੇ ਮੋਟਰ ਤੇ ਇੱਕ ਟਰੈਕਟਰ ਸੜ ਰਿਹਾ ਹੈ ਉਹਦੀ ਫੋਟੋ ਹੈ ਖਾਲਿਸਤਾਨ ਦੇ ਝੰਡੇ ਲੱਗੇ ਨੇ ਉਹਦੀ ਫੋਟੋ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਸਾਜ਼ਿਸ਼ ਉਹਦਾ ਰਾਹੁਲ ਗਾਂਧੀ ਨੂੰ ਪੁੱਛੋ ਸਾਡਾ ਤਾਂ ਉਹਦੇ ਨਾਲ ਕੋਈ ਸੰਬੰਧ ਨਹੀਂ ਨਹੀਂ ਉਹ ਫਿਰ ਇਹਨਾਂ ਨੇ ਕੀਤੀਆਂ ਅਸੀਂ ਤਾਂ ਨਹੀਂ ਕੀਤੀਆਂ ਸਾਡਾ ਉਹਦੇ ਨਾਲ ਕੀ ਸੰਬੰਧ ਹੈ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੂੰ ਵੀ ਚੁੱਕ ਲਿਆ ਦਿੱਲੀ ਪੁਲਿਸ ਨੇ ਚਲੋ ਉਹ ਉਹਨਾਂ ਨੂੰ ਪੁੱਛ ਲਓ ਰਾਜਵਾਲ ਸਾਹਿਬ ਜਿਸ ਤਰੀਕੇ ਦਾ ਜਿਸ ਤਰੀਕੇ ਦੇ ਨਾਲ ਐਨਆਈਏ ਛਾਪਾਮਾਰੀ ਕਰ ਰਹੀ ਹੈ ਜਾਂ ਬਾਕੀ ਏਜੰਸੀਆਂ ਕਰ ਰਹੀਆਂ ਨੇ ਤੁਹਾਨੂੰ ਲੱਗ ਰਿਹਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਣ ਦੀ ਹੈ ਉਹਨੇ ਸਰਕਾਰ ਘਬਰਾਹਟ ਜਾ ਮੈਂ ਕਿਹਾ ਉਹਨਾਂ ਨੂੰ ਵੀ ਸਰਕਾਰ ਇੰਨੀ ਕਮਜ਼ੋਰ ਕਿਉਂ ਹੋ ਗਈ ਵੀ ਤੁਹਾਨੂੰ ਐਨਆਈਏ ਦੀ ਵਰਤੋਂ ਕਰਨੀ ਪੈ ਗਈ ਪਹਿਲਾਂ ਤੁਸੀਂ ਇਨਕਮ ਟੈਕਸ ਵਾਲਿਆਂ ਦੀ ਵਰਤੋਂ ਕੀਤੀ ਹੁਣ ਤੁਸੀਂ ਇਹਨਾਂ ਦੀ ਵਰਤੋਂ ਕਰਨ ਲੱਗ ਪਏ ਕੀ ਤੁਹਾਨੂੰ ਥੋੜੀ ਲੱਤਾਂ ਭਾਰ ਨਹੀਂ ਚੱਲਦੀਆਂ ਮੈਂ ਸੱਚ ਦਿੱਤਾ ਸਰਕਾਰ ਨੇ ਕਿ ਨਹੀਂ ਹੋਏਗਾ ਰੋਕਣਾ ਉਹਨਾਂ ਨੇ ਕਿਹਾ ਵੀ ਅਸੀਂ ਅੱਜ ਟੇਕਅਪ ਕਰਦੇ ਹਾਂ ਬਿਲਕੁਲ ਰਾਜਵਾਲ ਸਾਹਿਬ 26 ਜਨਵਰੀ ਲਈ ਇੱਕ ਅਪੀਲ ਫਿਰ ਤੋਂ ਮੀਡੀਆ ਦੇ ਜ਼ਰੀਏ ਕਰ ਦਿਓ ਕਿਉਂਕਿ ਇਲੈਕਟ੍ਰੋਨਿਕ ਮੀਡੀਆ ਪਹਿਲੀ ਵਾਰ ਤੁਹਾਨੂੰ ਰੂਬਰੂ ਹੋ ਰਿਹਾ ਨਹੀਂ ਮੈਂ ਪਹਿਲਾਂ ਕਰ ਚੁੱਕਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੋਏਗਾ ਟੋਟਲੀ ਪੀਸਫੁਲ ਹੋਏਗਾ ਉਹਦੀ ਮੋਡੈਲਿਟੀ 17 ਤਰੀਕ ਨੂੰ ਤੈਅ ਹੋ ਜਾਣਗੀਆਂ ਜਿਹੜਾ ਲੋਕੀ ਇੱਧਰ ਉੱਧਰ ਗਲਤ ਪ੍ਰਚਾਰ ਕਰਦੇ ਫਿਰਦੇ ਨੇ ਉਹ ਕੋਈ ਜ਼ਿੰਮੇਵਾਰ ਲੋਕ ਨਹੀਂ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਬੈਠਣਗੇ ਔਰ ਉਹ ਫੈਸਲਾ ਕਰਨਗੇ ਸਾਰਾ ਜੋ ਮੋਡੈਲਿਟੀਜ਼ ਤੈਅ ਹੋਣਗੀਆਂ ਉਹ ਸਾਰੀਆਂ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ
हर बारी कही जाते हैं उन्होंने कहने का की है असीं उन्होंने हर बारी कहता भी सारे ही आवांगे साढ़े बोल बोलते चार बंदे ने असीं उन्होंने कहा तुहानूं की तकलीफ है चार बंदे बोलते हैं ये तो छोटी कमेटी की डिसिप्लिन पूरा है मान साहब मेरे मैं बहुत नेड़े रहे इस करके मैं कमेंट नहीं कर नहीं ठीक है भी सुप्रीम कोर्ट नूं पता लग गया भी उन्होंने किन्ने क वधिया बंदे चुने सी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप हुण तुहाडा अपना अजीत हर सोशल मीडिया प्लेटफार्म दे उत्ते उपलब्ध है फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी तुहाडा अपना अजीत हुण ट्विटर ते इंस्टाग्राम दे उत्ते भी उपलब्ध है ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।